ਹਾਂਜੀ ਸਰ ਅੱਜ ਜਿਹੜਾ ਤੁਸੀਂ ਇੱਥੇ ਪਹੁੰਚੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਵਿਅਕਤੀ ਨੂੰ ਮਿਲਣ ਅੱਜ ਗੁਰੂ ਨਾਨਕ ਹਸਪੀਟਲ ਇੱਕ ਗੁਰਪ੍ਰੀਤ ਸਿੰਘ ਜਿਹੜਾ ਮਾਵੇ ਦਾ ਰਹਿਣ ਵਾਲਾ ਹੈ ਉਹਦੇ 'ਤੇ ਇੱਕ ਹਮਲਾ ਹੋਇਆ ਪਰਸੋਂ ਦਾ ਹਮਲਾ ਹੋਇਆ ਆ ਔਰ ਪਰਸੋਂ ਤੋਂ ਉਹ ਹਸਪੀਟਲ ਜਿਹੜੇ ਇਲਾਜ ਹੈ ਬਹੁਤ ਸੱਟਾਂ ਨੂੰ ਲੱਗੀਆਂ ਨੇ ਪਰਿਵਾਰ ਇਹ ਸਮਝਦਾ ਸੀ ਕਿ ਸਾਡੀ ਪੁਲਿਸ ਨੇ ਜਿਹੜੀ ਆ ਉਹ ਬਣਦੀ ਮਦਦ ਨਹੀਂ ਕੀਤੀ ਉਹਨੂੰ ਮਾਰਕੁੱਟ ਵੀ ਇਸ ਕਰਕੇ ਹੋਈ ਹੈ ਕਿਉਂਕਿ ਉਹ ਬੰਦਾ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਕੁਝ ਚੇਤਨਾ ਵਾਲੇ ਬੰਦੇ ਹੁੰਦੇ ਆ ਕੁਝ ਆਪਣੀ ਗੱਲ ਜਿਹੜੀ ਆ ਬੜੀ ਵਿਵਾਕ ਰੱਖਦੇ ਨੇ ਸੋ ਉਹ ਜਦੋਂ ਆਮ ਆਦਮੀ ਦੀ ਸਪੋਰਟ ਕਰਦਾ ਤਦ ਵੀ ਆਪਣੀ ਗੱਲ ਬੜੇ ਵਿਵਾਕ ਤਰੀਕੇ ਨਾਲ ਰੱਖਦਾ ਸੀ ਸਾਨੂੰ ਵੀ ਉਹ ਇਸ ਗੱਲ ਦੀ ਕਈ ਗੱਲਾਂ ਦੇ ਉੱਤੇ ਵਿਰੋਧ ਕਰਦਾ ਸੀ ਪਰ ਅਸੀਂ ਸਮਝਦੇ ਹਾਂ ਕਿ ਉਹਦਾ ਅਧਿਕਾਰ ਖੇਤਰ ਹੈ ਕੋਈ ਗੱਲ ਨਹੀਂ ਜਿਹੜਾ ਬਣਦਾ ਕਰੋ ਪਰ ਹੁਣ ਉਹਨੇ ਜਦੋਂ ਰਾਜ ਸਭਾ ਮੈਂਬਰ ਬਣਾਏ ਨੇ ਉਹਨੇ ਇਸ ਗੱਲ ਦਾ ਵੀ ਵਿਰੋਧ ਕੀਤਾ ਕਿ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰੋਂ ਨਹੀਂ ਚਾਹੀਦੇ ਚੱਡਾ ਜੀ ਦੀ ਮੈਂਬਰਸ਼ਿਪ ਬੰਦ ਤੇ ਉਹਨਾਂ ਨੇ ਸਵਾਲ ਉਠਾਇਆ ਉਹਨਾਂ ਨੇ ਕਿਹਾ ਕਿ ਵਰਕਰ ਨੂੰ ਬਣਾਉਣਾ ਚਾਹੀਦਾ ਉਸ ਤੋਂ ਬਾਅਦ ਫਿਰ MLA ਸਾਹਿਬ ਜਾਂ ਉਹਨਾਂ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਦੇ ਨਾਲ ਲੱਗਣ ਲੱਗ ਗਏ ਔਰ ਉਹਨੂੰ ਟਰੋਲ ਕਰਨ ਲੱਗ ਗਏ ਉਹਨੂੰ ਬਾਹਰੋਂ ਧਮਕੀਆਂ ਆਉਣ ਲੱਗ ਗਈਆਂ ਔਰ ਐਂਡ ਦੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਹਨੂੰ ਬਹੁਤ ਵੱਡਾ ਜਾਨਲੇਵਾ ਹਮਲਾ ਉਹਦੇ 'ਤੇ ਹੋਇਆ ਸੋ ਉਹਨਾਂ ਦੇ ਮੁਤਾਬਕ ਜਿਹੜੀ ਪੁਲਿਸ ਸੀ ਪੁਲਿਸ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਮੈਂ DSP ਸਾਹਿਬ ਨੂੰ ਕਿਹਾ ਕਿ ਤੁਹਾਨੂੰ ਜਸਟਿਸ ਦੇਣਾ ਪੈਣਾ ਅਸੀਂ ਜਸਟਿਸ ਮੰਗਦੇ ਸਾਡਾ ਉਹ ਕਰਾਉਣਾ ਨਹੀਂਗਾ ਔਰ ਲੋਕ ਅੱਜ ਖੜ੍ਹੇ ਨੇ ਜਸਵਿੰਦਰ ਜਹਾਂਗੀਰ ਜੀ ਨੇ ਇੱਥੇ ਸਾਡੇ ਬਲੌਕ ਪ੍ਰਧਾਨ ਨੇ ਅਤੇ ਗੁਰਪ੍ਰੀਤ ਹੈ ਮੁੰਡੇ ਸਾਰੇ ਇੱਕ ਚੇਤਨਾ ਜੀ ਵਾਲੇ ਬੰਦੇ ਨੇ ਜਿਹੜੇ ਸਹੀਦੇ ਵੀ ਸਾਨੂੰ ਜਸਟਿਸ ਚਾਹੀਦਾ ਸੋ ਅੱਜ ਪੁਲਿਸ ਆਈ ਸੀ ਉਹਨਾਂ ਨੂੰ ਮੌਕੇ 'ਤੇ ਵਿਖਾਇਆ ਮੈਂ ਕਿਹਾ ਤੁਸੀਂ ਜਿਹੜੀ ਕਾਰਵਾਈ ਬਣਦੀ ਕਾਨੂੰਨੀ ਕਾਰਵਾਈ ਕਰੋ ਤੁਸੀਂ ਇਹ ਨਹੀਂ ਕਹਿ ਦੇ ਆਹ ਹੋਇਆ ਨਹੀਂ ਹੋਇਆ ਨਹੀਂ ਹੋਇਆ ਤੁਸੀਂ ਇਨਕੁਆਇਰੀ 'ਚ ਲਿਆ ਕੇ ਗੱਲ ਸਾਬਤ ਕਰ ਲਿਓ ਸੋ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਥੋੜ੍ਹਾ ਥੱਲੇ ਧਿਆਨ ਦਿਓ ਤੁਸੀਂ ਆਪ ਇਸ ਗੱਲ ਦੀ ਸ਼ਾਬਾਸ਼ੀ ਲੈਂਦੇ ਜੇ ਕਿ ਮੈਂ ਲੋਕਾਂ ਨੂੰ ਬੋਲਣ ਲਾਇਆ ਪੋਲੀਟੀਕਲ ਬੰਦਿਆਂ ਦੇ ਮੈਂ ਸਵਾਲ ਪੁੱਛਣੇ ਲਾਏ ਮੈਂ ਜਵਾਬਦੇਹ ਬਣਾਇਆ MLA MP ਨੂੰ ਕਿ ਜਿਹੜਾ ਮਰਜ਼ੀ ਸਵਾਲ ਪੁੱਛੋ ਅਤੇ ਅੱਜ ਜੇ ਤੁਹਾਡੇ ਬੰਦਿਆਂ ਤੋਂ ਕੋਈ ਸਵਾਲ ਪੁੱਛਦਾ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਬਦਲਾਅ ਦੇ ਨਾਂ 'ਤੇ ਲੋਕਾਂ ਸਰਕਾਰ ਬਣਾਈ ਸੀ ਪਰ ਹਾਲਾਤ ਬਹੁਤ ਬਦਤਰ ਹੈ ਹੇਠਾਂ ਜਾ ਕੇ ਦੇਖੋ ਬਹੁਤ ਗੁੰਡਾ ਤੰਤਰ ਵਧਿਆ ਪਿਆ ਦਬਾਅ ਦੀ ਰਾਜਨੀਤੀ ਹੋ ਰਹੀ ਹੈ ਸੋ ਇਹਦੇ 'ਤੇ ਇੰਟਰਵਿਊ ਕਰੋ ਜੋ ਜਸਟਿਸ ਜਿਹਨੂੰ ਬਣਦਾ ਉਹਨੂੰ ਦਿਓ ਹਾਂ ਕਿਸੇ ਨੂੰ ਕਿਸੇ ਤੋਂ ਕੰਪਲੇਂਟ ਹੈ ਉਹ ਜਾ ਕੇ ਆਪਣੀ ਪੁਲਿਸ 'ਚ ਦੱਸੀ ਇਹਦਾ ਮਤਲਬ ਇਹ ਨਹੀਂ ਕਿ ਉਹ ਜਾਣ ਕੇ ਦੀ ਲੈਣ ਚੱਲ ਪਈ ਜਾਨਲੇਵਾ ਹਮਲਾ ਕਰਕੇ ਇੱਕ ਜਿਹੜੇ ਰੈਸਲਰ ਡੇਢ ਮਹੀਨੇ ਤੋਂ ਦਿੱਲੀ ਜੰਤਰ ਮੰਤਰ 'ਚ ਬੈਠੇ ਕੋਈ ਐਕਸ਼ਨ ਵੀ ਨਹੀਂ ਹੋ ਰਿਹਾ ਕੋਈ ਕਾਰਵਾਈ ਨਹੀਂ ਹੁੰਦੀ ਪਈ MLA ਨੂੰ ਬਚਾਉਣ ਲਈ ਵੱਡੀ ਰੈਲੀ ਕੀਤੀ ਜਾ ਰਹੀ ਹੈ ਮੈਂਬਰ ਪਾਰਲੀਮੈਂਟ ਜਿਹੜਾ ਉੱਥੇ ਹੈ ਬ੍ਰਿਜ ਭੂਸ਼ਣ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਉਹਦੇ ਚੇਅਰਮੈਨ ਨੇ ਉਹਨਾਂ ਨੂੰ ਬਚਾਉਣ ਵਾਸਤੇ ਵੱਡੀ ਸਰਕਾਰ ਧਿਰ ਬਣ ਗਈ ਹੈ ਇੱਕ ਪਾਸੇ ਦੇਸ਼ ਦੀਆਂ ਧੀਆਂ ਖੜੀਆਂ ਨੇ ਇੱਕ ਪਾਸੇ ਉਹ ਖੜੇ ਨੇ ਔਰ ਬਿਲਕੁਲ ਸਰਕਾਰ ਨੇ ਕੰਨ ਬੰਦ ਕੀਤੇ ਆ ਅੱਖਾਂ ਬੰਦ ਕੀਤੀਆਂ ਕੋਈ ਉਹਨਾਂ ਦਾ ਮੈਂਬਰ ਪਾਰਲੀਮੈਂਟ ਇੱਥੇ ਜਵਾਬ ਦੇਣ ਲਈ ਰਾਜੀ ਨਹੀਂ ਪ੍ਰਧਾਨ ਮੰਤਰੀ ਦੀ ਕੋਠੀ ਤੋਂ ਚੰਦ ਕਦਮ ਦੂਰ ਬੈਠੇ ਆ ਅਤੇ ਜਿੱਦਣ ਉਦਘਾਟਨ ਕਰਨਾ ਸੀ ਪਾਰਲੀਮੈਂਟ ਦਾ ਉੱਦਣ ਉਹਨਾਂ ਦੇ ਸਿਰਾਂ ਦੇ ਪੈਰ ਰੱਖ ਰੱਖ ਕੇ ਉਹਨਾਂ ਨੂੰ ਧੀਆਂ ਨੂੰ ਕੁਚਲਿਆ ਗਿਆ ਬੜੀ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚਦੇ ਆ ਓਲੰਪਿਕ ਮੈਡਲ ਲੈਣਾ ਕੋਈ ਛੋਟੀ ਗੱਲ ਨਹੀਂ ਗੀ ਬਹੁਤ ਵੱਡੀ ਗੱਲ ਹੈ ਮੈਂ ਵੀ ਇਸ ਗੱਲ ਦੀ ਨਿੰਦਿਆ ਕਰਦਾ ਅਤੇ ਮੈਂ ਕਹਿੰਦਾ ਕਿ ਜਿਹੜੇ ਸੰਵਿਧਾਨ ਦੇ ਮੁਤਾਬਕ ਅਧਿਕਾਰ ਨੇ ਸੰਵਿਧਾਨ ਨੂੰ ਛੱਕੇ ਨਾ ਟੰਗੋ ਸੰਵਿਧਾਨਿਕ ਅਧਿਕਾਰ ਜਿਹੜੇ ਹਰ ਬੰਦੇ ਨੂੰ ਜ਼ਰੂਰ ਦਿਓ ਉਹ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਨੂੰ ਆਪ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਪਰ ਉਹ ਜ਼ਿੱਦ ਹੋ ਕੇ ਉਸ ਗੱਲ 'ਤੇ ਬੈਠਾ ਹੈ ਕਿ ਨਹੀਂ ਮੈਂ ਰਿਜ਼ਾਈਨ ਨਹੀਂ ਕਰਨਾ ਭਾਵੇਂ ਦੇ ਕੋਈ ਬਹੁਤ ਵੱਡੀ ਬੜੀ ਔਖੀ ਗੱਲ ਹੁੰਦੀ ਕਿਸੇ ਨੇ ਕਹਿਣਾ ਕਿ ਮੇਰਾ ਸ਼ੋਸ਼ਣ ਹੋਇਆ ਉਹ ਵੀ ਇੱਕ ਕਾਮਨਵੈਲਥ ਸੋਰੀ ਓਲੰਪਿਕ ਮੈਡਲ ਜਿੱਤੇ ਹੋਏ ਪਲੇਅਰ ਜਦੋਂ ਇੰਨੀ ਗੱਲ ਕਰਨ ਤੇ ਮੇਰਾ ਖਿਆਲ ਇਸ ਤੋਂ ਵੱਡੀ ਬਦਕਿਸਮਤੀ ਸਾਡੀ ਹੋਈ ਜੀ ਆਗੂ ਵੱਲੋਂ ਜੋ ਕਿਹਾ ਗਿਆ ਕਿ 15-15 ਦੇ ਜਿਹੜੇ ਮੈਡਲ ਨੇ ਉਹ ਲੈ ਕੇ ਤੇ ਹਨ ਹੁਣ ਸਾਡੇ ਤੇ ਜਿਹੜੇ ਇਲਜ਼ਾਮਾਂ ਜਿਹੜੇ ਲਗਾ ਰਹੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮੈਡਲ ਨੂੰ ਜਿਹੜਾ ਵਾ ਇੱਕ ਮਿਹਨਤ ਨੂੰ 15 ਰੁਪਏ ਦੇ ਵਿੱਚ ਇੱਕ ਮੈਡਲ ਦਾ ਨਾਮ ਦੇ ਦਿੱਤਾ ਗਿਆ ਦੇਖੋ ਹਰ ਤਰ੍ਹਾਂ ਦੇ ਬੰਦੇ ਹੈਗੇ ਆ ਜੀ ਜਿਨ੍ਹਾਂ ਬੰਦਿਆਂ ਨੇ ਕਦੀ ਘਰੋਂ ਬਾਹਰ ਪੈਰ ਨਹੀਂ ਰੱਖਿਆ ਹੋਊਗਾ ਜਿਨ੍ਹਾਂ ਨੂੰ ਇਹਨਾਂ ਦੀ ਕਦਰ ਦਾ ਪਤਾ ਹੀ ਨਹੀਂ ਹੋਊਗਾ ਉਹ ਬੰਦੇ ਅੱਜ ਉਹਨਾਂ ਪੋਸਟਾਂ 'ਤੇ ਬੈਠੇ ਹੋਣਗੇ ਉਹ ਗੱਲ ਕਰ ਰਹੇ ਹੋਣਗੇ ਅਤੇ BJP ਨੂੰ ਉਹਨਾਂ ਬੰਦਿਆਂ ਦੀ ਜ਼ਬਾਨ 'ਤੇ ਲਗਾਮ ਲਾਉਣੀ ਚਾਹੀਦੀ ਹੈ ਉਹਨਾਂ ਨੂੰ ਕਹੋ ਤੁਸੀਂ ਬਹੁਤਾ ਨਹੀਂ ਨਾ ਇਹਨਾਂ ਦੇ ਨਾਲ ਤੁਸੀਂ ਮਾੜਾ ਤੁਰ ਕੇ ਵੇਖ ਲਓ ਮੇਰਾ ਖਿਆਲ ਤੁਰ ਵੀ ਨਹੀਂ ਸਕਦੇ ਹੋਣੇ ਉਹ 'ਤੇ ਬਹੁਤ ਮੈਂ ਵੱਡੀ ਗਲਤ ਨਹੀਂ ਕਰਦਾ ਕਿ ਭੱਜ ਕੇ ਵੇਖ ਲਓ ਉਹ ਉਹਨਾਂ ਪਲੇਅਰਾਂ ਦੇ ਨਾਲ ਤੁਰ ਵੀ ਨਹੀਂ ਸਕਦੇ ਉਹ ਸਾਡੇ ਦੇਸ਼ ਦਾ ਮਾਣ ਨੇ ਸਾਡੀਆਂ ਧੀਆਂ ਮਾਣ ਨੇ ਸਾਡੇ ਦੇਸ਼ ਦਾ ਜਿੱਥੇ ਬਿਕਰਮ ਮਜੀਠੀਆ ਸਿੱਧੂ ਇੱਕ ਦੂਜੇ 'ਤੇ ਇੰਨਾ ਟਾਕਸ਼ ਕਰਦੇ ਰਹੇ ਅਤੇ ਕੱਲ੍ਹ ਜੱਫੀਆਂ ਪਾਉਂਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਗੱਲ ਜ਼ਰੂਰ ਕਹੂੰਗਾ ਰਾਜਨੀਤੀ ਦੇ ਵਿੱਚ ਮੁੱਦੇ ਉਠਾਓ ਜਿਹੜਾ ਗਲਤ ਹੈ ਗਲਤ ਨੂੰ ਗਲਤ ਕਹੋ ਕਾਨੂੰਨ ਮੁਤਾਬਕ ਸਜ਼ਾ ਦਿਓ ਪਰ ਜਿਹੜੇ ਪਬਲਿਕ ਤੌਰ ਦੇ ਉੱਤੇ ਅਸੀਂ ਬਿਆਨਬਾਜ਼ੀ ਕਰਦੇ ਹਾਂ ਉਹ ਕਿਤੇ ਨਾ ਕਿਤੇ ਜਾ ਕੇ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਲਈ ਮਾਰਗਦਰਸ਼ਕ ਚੰਗੇ ਨਹੀਂ ਅਸੀਂ ਸਾਬਤ ਹੋਏ ਸੋ ਸਿੱਧੂ ਸਾਹਿਬ ਨੇ ਆਪ ਕਿਹਾ ਕਿ ਮੈਨੂੰ ਇਸ ਹੱਦ ਤੱਕ ਨਹੀਂ ਸੀ ਜਾਣਾ ਚਾਹੀਦਾ ਮੈਂ ਉਹ ਗਲਤੀ ਕੀਤੀ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਕਿ ਮੇਰੇ ਜਿਹੜੇ ਮੁੱਦੇ ਨੇ ਮੁੱਦੇ ਮੇਰੇ ਉਸੇ ਤਰ੍ਹਾਂ ਸਟੈਂਡ ਰਹਿਣਗੇ ਮੇਰੇ ਮੱਤ ਵਿੱਚ ਜਿਹੜੀਆਂ ਗੱਲਾਂ 'ਤੇ ਹੈਗੇ ਉਹ ਹੈਗੇ ਨੇ ਪਰ ਮੈਂ ਇੱਕ ਸ਼ਿਸ਼ਟਾਚਾਰ ਦੇ ਤੌਰ 'ਤੇ ਸਮਾਜ 'ਚ ਜਦੋਂ ਮਿਲੀਏ ਉਦੋਂ ਮਿਲੋ ਜ਼ਰੂਰ ਢੰਗ ਤਰੀਕੇ ਦੇ ਨਾਲ ਕਿਉਂਕਿ ਦੇਖੋ ਰਾਜਨੀਤੀ ਦੇ ਮੁੱਦਿਆਂ ਦੀ ਲੜਾਈ ਹੈ ਕਿ ਸਮਾਜ ਨੂੰ ਕਿਵੇਂ ਸੇਧ ਦੇਣੀ ਇਹਨੂੰ ਪਰਸਨਲ ਵਿਅਕਤੀਗਤ ਤੌਰ 'ਤੇ ਨਹੀਂ ਕਰਾਉਣਾ ਚਾਹੀਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਹਮੇਸ਼ਾ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਅੱਗੇ ਲਿਜਾਣਾ ਤੁਸੀਂ ਸਾਰਿਆਂ ਸਿਰ
और जे चंगा लगता रख लो, नहीं चंगा लगता उन्हें रहन दो। पर तुसी कोई भी है पिंड दे भी आ जिहड़े चंगे सरपंच जिहड़े 20 25 25 साल सरपंची करदे आ, लीग मार के नहीं सरपंची करदे, वह सारे का दिल जित के सरपंची करते हैं, वो विरोधी भी जो इलेक्शन लड़ता वो भी वह व्यवहार ठीक रखते हैं। तो सानू भी इन्होंने चीज़ों से बिल्कुल, चाहे कोई पार्टी BJP है, अकाली है, आम आदमी कोई भी है, उन्होंने सारे लोग मुद्दों की राजनीति करनी चाहिए, व्यक्तिगत तौर पर हमले भी नहीं करने चाहिए, व्यक्तिगत तौर पर किसी नीवा दिखाने वास्ते कानून का सहारा नहीं लेना चाहिए। ठीक है, जिस सिद्धू साहब हूँ बाहर आए थे, उस तो बाद अमृतसर के इन्होंने लीडर वर्करा एकदम छड्ड ही दिता जी, इतने गए ही नहीं एक दिन भी नहीं, ना कि ना मीटिंग ना वर्कर मीटिंग ना अपने एरिए ही गए। देखो सिद्धू साहब इस वेले क्योंकि उन्होंने धर्म पत्नी ठीक नहीं गए, उन्होंने कहा भी है कि वेखो हर कई बंद ने जो सारी उम्र लाई हो गए कुछ समा वो वास्ते भी होंगे, तो इस वेले वो उन्होंने नाल ने और बनता भी है, उन्होंने बड़ी बड़ी वड्डी क्लास करा रही कैंसर का, सो उन्होंने नाल ने आते भी ने मिले भी ने एक दो बार वर्करा, मेरा ख्याल आने वाले दिनों में उन्होंने वेखोगे इलेक्शन आ रही कारपोरेशन दी सारिया रल के इकट्ठे होकर लड़ा।